ਭਾਈਜਾਨ ਤੁਸੀਂ ਇੱਥੇ ਖਲੋਤੇ ਹੋ ਤੁਹਾਡੇ ਸੌਦੀ ਨੂੰ ਟੈਲੀਫੋਨ ਆਉਂਦਾ ਹੈ ਕੀ ਅੱਜ ਹੀ ਉੱਥੇ ਰੋੜੇ ਮਾਰਨ ਤੋਂ ਬੈਠੇ ਬੋਲਾ ਬੋ ਵੀ ਜਾਓ ਇਹਨੇ ਵੀ ਸ਼ੈਤਾਨ ਨੂੰ ਵਟਾ ਮਾਰਿਆ ਹੈ ਇਹਨੇ ਸ਼ੈਤਾਨ ਨੂੰ ਵਟਾ ਮਾਰਿਆ ਸ਼ੈਤਾਨ ਅੱਗੇ ਇਹਨੂੰ ਇੱਕ ਪਾਸੇ ਲੈ ਗਿਆ ਹੈ ਕਹਿੰਦਾ ਤੂੰ ਪੈਪਸੀ ਪੀ ਤੂੰ ਤੇ ਮੇਰੀ ਵੱਡੀ ਭੈਣ ਦਾ ਪੁੱਤਰ ਹੈ ਸਹੀ ਗੱਲ ਹੈ ਹਾਜੀ ਉੱਥੇ ਸ਼ੈਤਾਨ ਨੂੰ ਰੋੜੇ ਮਾਰਨ ਦੇ ਇਹ ਸ਼ੈਤਾਨ ਦੇ ਅੱਗੇ ਖਲੋ ਕੇ ਕਹਿੰਦਾ ਐ ਖੁਦਾ ਮੇਰੇ ਅੱਬੂ ਸਲਾਮਤ ਰਹੇ ਆ ਐ ਖੁਦਾ ਲੋਕੀ ਮਾਰਨ ਦਾ ਸਨ ਸ਼ੈਤਾਨ ਨੂੰ ਵੱਟੇ ਇਹਦੀ ਅੰਮੀ ਅੱਗੇ ਆ ਗਏ ਕੋਈ ਪੱਥਰ ਸੀ ਨਾ ਮਾਰੇ ਮੇਰੇ ਦੀਵਾਨੇ ਕੋ ਬਹੁਤ ਅੱਛੀ ਐ ਆ ਗਈ ਚੱਪਲੋ ਛੱਪੜ ਦੇ ਕਿਨਾਰੇ ਬੈਠਾ ਇੱਕ ਕਾਰ ਵਾਲਾ ਬੰਦਾ ਆਇਆ ਕਹਿੰਦਾ ਬਾਜੀ ਇਹ ਛੱਪੜ ਚੋਂ ਕਾਰ ਲੰਘ ਜਾਏਗੀ ਕਹਿੰਦਾ ਲੰਘ ਜਾਏਗੀ ਉਹਨੇ ਕਾਰ ਲਗਾਈ ਸਾਰੀ ਡੁੱਬ ਗਈ ਉਹ ਵਾਪਸ ਆ ਕਹਿੰਦਾ ਤੂੰ ਇਸ ਦੇ ਕਹਿਰ ਤੋਂ ਲੰਘ ਜਾਏਗੀ ਮੇਰੀ ਕਾਰ ਡੁੱਬ ਗਈ ਕਹਿੰਦਾ ਪਤਾ ਨਹੀਂ ਲੱਗਾ ਭਾਈ ਦੋ ਪਤਕਾਂ ਦੇ ਹੁਣੇ ਲੰਘ ਗਈਆਂ ਸਾਰੇ ਸੈਂਸ ਸੈਂਸ ਇਹ ਹਮਸਾਇਆ ਦਾ ਬੰਦਾ ਮਰ ਗਿਆ ਇਹਨੂੰ ਮੈਂ ਕਿਹਾ ਭਾਈ ਨੂੰ ਜਾ ਉੱਥੇ ਜਾ ਕੇ ਪੰਜ ਮਿੰਟ ਦਰੀ ਤੇ ਬਹਿ ਕੇ ਅਫਸੋਸ ਕਰ ਇਹ ਜਾ ਕੇ ਬੈਠਾ ਹੀ ਇਹ ਵਾਪਸ ਆ ਗਿਆ ਮੈਂ ਕਿਹਾ ਕੀ ਹੋਇਆ ਕਹਿੰਦੇ ਯਾਰ ਮੈਂ ਇੰਨੀ ਦੇਰ ਬੈਠਾ ਰਿਹਾ ਉਦੋਂ ਕੋ ਮੈਂ ਹੱਸ ਕੇ ਬੋਲਿਆ ਹੀ ਨਹੀਂ ਇਹ ਬੜਾ ਮਨਹੂਸ ਹੈ ਇਹਨੇ ਬਦਦੁਆ ਕਰਨੀ ਬੰਦੇ ਮਾਰ ਜਾਣੇ ਇਹਨੇ ਕਿਹਾ ਫੁੱਫੀ ਮਰ ਜਾ ਫੁੱਫੀ ਮਰ ਗਈ ਇਹਨੇ ਕਿਹਾ ਅੰਮੀ ਮਰ ਜਾ ਅੰਮੀ ਮਰ ਗਈ ਇਹਨੇ ਕਿਹਾ ਅੱਬਾ ਮਰ ਜਾ ਤੇ ਨਾਲ ਦਾ ਹਮਸਾਇਆ ਮਰ ਗਿਆ ਇਹਨੂੰ ਨੌਕਰੀ ਇਹਨੇ ਕੀਤੀ ਚਿੜੀਆ ਘਰ ਉਹਨਾਂ ਨੇ ਕਿਹਾ 50,000 ਰੁਪਏ ਮਹੀਨਾ ਤਨਖਾਹ ਹੈ ਇਹ ਕਹਿੰਦਾ ਕੰਮ ਕੀ ਹੈ ਉਹਨੇ ਕਿਹਾ ਸਾਡਾ ਰਿਛ ਮਰ ਗਿਆ ਉਹਦੀ ਖਲ ਪਾ ਕੇ ਤੂੰ ਬੱਚੇ ਨੂੰ ਸੌਣਾ ਤਮਾਸ਼ਾ ਕਰਨਾ ਇਹਨੇ ਕਿਹਾ ਜੀ ਓਕੇ ਇਹ ਖਲ ਪਾ ਕੇ ਤਮਾਸ਼ਾ ਕਰਦਾ ਰਿਹਾ ਹਸਾਉਂਦਾ ਰਿਹਾ ਬੱਚੇ ਨੂੰ ਇਹਨੇ ਛਲਾਂਗ ਮਾਰੀ ਸਿੱਧਾ ਸ਼ੇਰ ਦੇ ਪਿੰਜਰੇ ਉੱਥੇ ਜਾ ਕੇ ਇਹਨੇ ਰੌਲਾ ਪਾਤਾ ਉਹ ਸ਼ੇਰਿਓ ਉਹ ਲੋਕੋ ਸ਼ੇਰਿਓ ਉਹ ਸ਼ੇਰ ਨੇ ਰੱਖ ਕੇ ਚਪੇੜ ਮਾਰੀ ਉਹ ਕਹਿੰਦਾ ਕੁੱਤੇ ਦੇ ਆ ਪੁੱਤਰਾ ਮੇਰੀ ਵੀ ਨੌਕਰੀ ਕਮਾਉਂ ਏ ਬੈਠੋ 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 ਲਿਆ ਡਾਲਾ ਇਹਨੂੰ ਵੀ ਖਲ ਪੁਆਤੀ ਮੱਝ ਦੀ ਇਹਨੂੰ ਮੱਝ ਦੀ ਖਲ ਪੁਆ ਕੇ ਚਿੜੀਆ ਘਰ ਛੱਡਿਆ ਉਤੋਂ ਸੱਚੀ ਮੁੱਚੀ ਦਾ ਸੰਡਾ ਆ ਗਿਆ ਸੰਡਾ ਆ ਗਿਆ ਇਧਰ ਆ ਨਾ ਜਰਾ ਮੈਂ ਹੁਣ ਤੈਨੂੰ ਪਿੰਡ ਲੈ ਕੇ ਜਾਣਾ ਤੈਨੂੰ ਦੱਸਦਾ ਮੈਂ ਕੋਈ ਨਹੀਂ ਉਡਾਣਾ ਪਿੰਡ ਛੱਪੋ ਮੇਰੀ ਗੱਲ ਸੁਣ ਤੂੰ ਸ਼ਹਿਰ ਕੀ ਲੈ ਰਹੀ ਹੈ ਮੈਂ ਤੈਨੂੰ ਲੈਣ ਆਈ ਆ ਅੱਛਾ ਮੈਂ ਤੈਨੂੰ ਕਿਹਾ ਸੀ ਨਾ ਕਿ ਜਦੋਂ ਤੂੰ ਸ਼ਹਿਰ ਵਾਲਾ ਹੋਏਗਾ ਸਭ ਤੋਂ ਪਹਿਲੇ ਮੇਰੇ ਨਾਲ ਗੱਲ ਕਰਨੀ ਹੈ ਤੂੰ ਫਿਰ ਕਿਉਂ ਆਈ ਹੈ ਮੈਂ ਬਸ ਆ ਗਈ ਆ ਹੁਣ ਮੈਂ ਜਿਸ ਤਰ੍ਹਾਂ ਆਈ ਆ ਨਾ ਮੇਰਾ ਅੱਲਾ ਹੀ ਜਾਣਦਾ ਕੀ ਹੋਇਆ ਪਤਾ ਕੀ ਹੋਇਆ ਹੈ ਮੈਂ ਇੰਜ ਕਰਕੇ ਘਰੋਂ ਨਿਕਲੀ ਹੈ ਮੈਂ ਹੱਥ ਦਿੱਤਾ ਹੈ ਇੱਕ ਵੈਗਨ ਰੁਕੀ ਅੱਛਾ ਵੈਗਨ ਮੇਰੇ ਅੱਗੇ ਪਾਇਆ ਅੱਛਾ ਜਿਸ ਤਰ੍ਹਾਂ ਉਹਨੇ ਗੇਅਰ ਲਾਇਆ ਨਾ ਪਹਿਲਾ ਗੇਅਰ ਉਹਨੇ ਲਾਇਆ ਚੱਲ ਬਾਤ ਛੱਡ ਦੇ ਇਸ ਗੱਲ ਨੂੰ ਨਹੀਂ ਛੱਡ ਦੇ ਮੈਨੂੰ ਅੰਦਾਜ਼ਾ ਹੈ ਛੱਡ ਦੇ ਮੈਨੂੰ ਪਤਾ ਹੈ ਉਹ ਤੇ ਪੱਟੀ ਕਰਾਉਣੀ ਪੈਂਦੀ ਇੰਜ ਕੋਣੀਆਂ ਮਾਰਦੇ ਨੇ ਛੱਡ ਦੇ ਤੀਸਰਾ ਦੂਸਰਾ ਲਾਇਆ ਨਾ ਛੱਡ ਦੇ ਕੀ ਪਿਆ ਪਹਿਲੇ ਤੋਂ ਹੀ ਮੈਨੂੰ ਪਤਾ ਲੱਗ ਗਿਆ ਕਿ ਪੰਜਵਾਂ ਵੀ ਉਧਰ ਹੀ ਲੱਗਾ ਹੋਣਾ ਛੱਡ ਦੇ ਇਸ ਗੱਲ ਤੇ ਤੀਸਰਾ ਛੱਡ ਦੇ ਤੀਸਰਾ ਚੌਥਾ ਇਹ ਵੈਗਨ ਵਾਲੇ ਹੁੰਦੇ ਹੀ ਬੜੇ ਨਾਮ ਮੁਰਾਦ ਨੇ ਤੁਸੀਂ ਕੌਣ ਹੋ ਵੈਗਨ ਵਾਲਾ ਇਹ ਵੈਗਨ ਵਾਲਾ ਨਹੀਂ ਤੂੰ ਚੈੱਕ ਕੇ ਜਿਹੜਾ ਗੱਡੀ ਥੱਲੇ ਦੇ ਕੇ ਇੰਜ ਕਰੀਦਾ ਨਾਮ ਮੁਰਾਦ ਇਹ ਵੈਗਨ ਵਾਲੇ ਹੁੰਦੇ ਹੀ ਨਾਮ ਮੁਰਾਦ ਨੇ ਆਏ ਹਾਏ ਵੈਗਨ ਦੇ ਅੱਗੇ ਕੁੜੀ ਬੈਠੇ ਸਹੀ ਫੌਰੀ ਕੈਸਟ ਲਾ ਦੇਣਗੇ ਕੁੜੀ ਕੁਵਾਰੀ ਤੇਰੇ ਤੇ ਮੁੰਡੇ ਨੂੰ ਤੇ ਅੱਗੇ ਪਾਉਂਦੇ ਹੀ ਨਹੀਂ ਤੇ ਜੇ ਕੋਈ ਮਸਕੀਨ ਵੈਗਨ ਦੇ ਅੱਗੇ ਮੁੰਡਾ ਬਹਿ ਹੀ ਜਾਏ ਫੌਰੀ ਕੈਸਟ ਲਾ ਦੇਣਗੇ ਮੇਰੀ ਤੌਬਾ ਮੇਰੀ ਤੌਬਾ ਆ ਬੰਦਾ ਪੁੱਛੇ ਤੌਬਾ ਜੀ ਨਾ ਕੰਮ ਕਰਦੇ ਲੈ ਆਂਦੇ ਹੋ ਮੈਂ ਜੋ ਜੀ ਸ਼ਕਲਾਂ ਨੇ ਉਹੋ ਜੀ ਗਾਣੇ ਲੱਗਣੇ ਨੇ ਨਾ ਹਾਂ ਇਹੋ ਜੀ ਕੁੜੀ ਵੈਗਨ ਦੇ ਅੱਗੇ ਬਹਿ ਜੇ ਨਾ ਤੇ ਡਰਾਈਵਰ ਹੀ ਸ਼ੋਖਾ ਹੋ ਜਾਂਦਾ ਐਵੇਂ ਕਹਿਣ ਲੱਗ ਪਏਗਾ 80,000 ਦੀ ਕਮੇਟੀ ਨਿਕਲੀ ਬਸ ਗੱਡੀ ਮੇਰੀ ਆਪਣੀ ਮੈਂ ਸ਼ੌਕ ਨਾਲ ਚਲਾਉਣਾ ਹਲੋ ਤੇ ਜੇ ਅੰਦਰ ਨਾ ਆਈ ਕਿਉਂ ਜੀ ਮੈਂ ਕਮੇਟੀ ਗਿਣਨ ਦੇ ਆ ਜੇ ਜੇ ਸਾਡੇ ਵਰਗਾ ਮੁੰਡਾ ਨਾਲ ਬਹਿ ਜੇ ਤੇ ਉਹਨੂੰ ਬੈਠੇ ਕਹੀ ਜਾਂਦੇ ਆਟਾ ਬੜਾ ਮਹਿੰਗਾ ਹੋ ਗਿਆ ਉਹ ਮੈਂ ਕਿਹਾ ਸਾਲਿਆ ਮੈਂ ਕੀਤਾ ਬੋਲੇ ਮੈਂ ਹੁਣ ਤੈਨੂੰ ਨਾਲ ਲੈ ਕੇ ਜਾਣਾ ਮੇਰਾ ਦਿਲ ਨਹੀਂ ਉਹ ਲੱਗਦਾ ਚੱਲ ਤੇਰਾ ਦਿਲ ਕਿਉਂ ਨਹੀਂ ਲੱਗਦਾ ਮੈਨੂੰ ਪਤਾ ਲੱਗਾ ਤੂੰ ਅੱਜ ਮੰਗਣੀ ਕਰ ਲੈਂਦੀ ਏ ਮੰਗਣੀ ਤੇ ਮੇਰੀ ਪਹਿਲੇ ਦੀ ਹੋਈ ਸੀ ਮੈਂ ਤੋੜ ਕੇ ਜਾਵਾਂਗੀ ਮੰਗਣੀ ਪਾਗਲੇ ਤੇ ਸਹੀ ਜਰਾ ਮੇਰੇ ਨਾਲ ਅੱਜ ਕੱਲ ਉਂਝ ਵੀ ਚੰਗੀ ਨਹੀਂ ਹੁੰਦੀ ਕੀ ਹੋਇਆ ਰਾਤੀ ਮੈਂ ਕੇਬਲ ਤੇ ਬੜਾ ਖੱਜਲ ਹੋਇਆ ਮੈਂ ਇੰਜ ਕਰਕੇ ਕੇਬਲ ਲਾਈ ਹੈ ਇਹ ਕਹਿੰਜ ਕਰਕੇ ਕੁੜੀ ਆਈ ਹੈ ਉਹ ਨਹਾਉਣ ਵਾਲੇ ਟੱਪ ਚ ਬੜੀ ਹੁੰਦੀ ਇੱਥੇ ਇੱਥੇ ਤੱਕ ਝੱਗ ਸੀ ਮੈਂ 4 ਘੰਟੇ ਬੈਠਾ ਰਿਹਾ ਕਿ ਹੁਣ ਝੱਗ ਥੱਲੇ ਹੁੰਦੀ ਹੁਣ ਝੱਗ
ਨਹੀਂ ਜੀ। ਹੈਲੋ ਤੂੰ ਕੌਣ ਹੈ? ਅੰਦਰ ਆਇਆ ਕਿਉਂ? ਚੱਕ ਥੱਲੇ ਹੋ ਗਈ। ਉਹ ਤੇ ਮੈਨੂੰ ਸਵੇਰੇ ਉੱਠ ਕੇ ਪਤਾ ਲੱਗਾ, ਉਹ ਤੇ ਸੀਡੀ ਅੜੀ ਸੀ। ਉਹ ਕੁੜੀ ਇੰਨਾ ਕੁ ਜਾਂਦੀ ਸੀ ਫੇਰ ਵਾਪਸ ਆ ਜਾਂਦੀ ਸੀ, ਜਾਂਦੀ ਸੀ ਫੇਰ ਵਾਪਸ ਆ। ਮੈਂ ਉੱਥੇ ਕੁੱਤਿਆਂ ਨੂੰ ਬੈਠਾ ਰਿਹਾ। ਛੱਡ ਪਰੇ ਇਸ ਗੱਲ। ਹਲੇ ਮੇਰੀ ਗੱਲ ਸੁਣ। ਹੈ ਇਧਰ ਆਇਆ। ਕੀ ਗੱਲ? ਹਲੇ ਗੱਲਾਂ ਮੁੱਕੀਆਂ ਨਹੀਂ ਸਾਡੀਆਂ। ਹੈ ਮੇਰੀ ਗੱਲ ਸੁਣ। ਹੈ ਹੁਣ ਤੂੰ ਮੇਰਾ ਚੱਲੇਗਾ ਨਾ ਵਾਪਸ? ਤੇ ਮੈਂ ਕਿਹਾ ਸੀ ਸ਼ਹਿਰ ਜਦੋਂ ਵੀ ਆਏਗੀ ਤੂੰ ਮੈਨੂੰ ਜ਼ਰੂਰ ਪੁੱਛ ਲਈ। ਕਿ ਤੈਨੂੰ ਕਿਉਂ ਪੁੱਛ ਲਵਾਂ ਮੈਂ? ਸ਼ਹਿਰ ਜਿਹੜੇ ਮੁੰਡੇ ਨੇ ਨਾ ਬੜੇ ਭੂੰਡ ਨੇ, ਤੇ ਮੋਟਰਸਾਈਕਲਾਂ ਦੇ ਉੱਤੇ ਬੈਗ ਪਾਂ ਪਾਂ ਕਰਦੇ ਨੇ, ਤੇ ਜਿਹੜੇ ਬਾਬੇ ਨੇ ਉਹ ਇਹਨਾਂ ਨੂੰ ਸਮਝਾਉਣ ਆਏ ਨੇ, ਆਪ ਵੀ 500 ਦੀ ਲੈ ਕੇ ਇੱਥੇ ਬੈਠੇ ਨੇ। ਘਰੋਂ ਇਹ ਜੀ ਆਏ ਨੇ, ਉੱਠੋ ਤਾਂ ਉੱਠੋ, ਤੇ ਆਪਣਾ ਦਿਲ ਲਗਾ ਵੀ ਉੱਥੇ ਬੈ ਗਏ ਨੇ। ਤੇ ਜਿਨ੍ਹਾਂ ਨੇ ਐਣਕਾਂ ਲਾਈਆਂ ਨੇ ਇਹ ਕੋਈ ਬਰੀਕ ਕੰਮ ਕਰਦੇ ਨੇ? ਇਹ ਟੈਕਨੀਕਲ ਭੂੰਡ ਨੇ। ਇਹ ਜਦੋਂ ਮੁੰਡਾ ਆਉਂਦਾ ਉਹਦਾ ਦੂਰ ਦੀ ਐਲਗ ਲਾ ਲੈਂਦੇ, ਜਦੋਂ ਕੁੜੀ ਆਇਆ ਉਹਦਾ ਨੇੜੇ ਦੀ ਐਲਗ ਲਾ ਲੈਂਦੇ। ਉਹ ਭਾਈ ਨੇ ਲਾ ਲਈ, ਮੈਂ ਲਗਾ, ਮੈਂ ਲਾ ਲੈ, ਉਹ ਲਗਾ ਲੈ, ਉਹ ਲਾ ਲੈ। ਹੈਲੋ ਤੂੰ ਕੌਣ? ਮੇਰੇ ਨਾਲ ਗੱਲ ਕਰ, ਆਪਣੇ ਬਹਿਨੋਈ ਨੂੰ ਨਾ ਛੇੜ। ਹੋਰ ਆਵੇ ਮੈਂ ਫੜ ਵੀ ਲਾਂ। ਆਰਾਮ ਕਰ, ਕਿਸੇ ਨੂੰ ਇੱਥੇ ਤੇਜ਼ ਨਾ ਕਹੀਂ, ਹਰ ਬੰਦਾ ਉਸ ਤਰ੍ਹਾਂ ਲਾ ਕੇ ਫਿਰਨ ਡਿਆ ਇੱਥੇ। ਮਾਰੀਆਂ ਮੈਨੂੰ ਉਹ ਕਹਿੰਦੇ ਸਾਲਿਆ ਸੀ ਤੈਨੂੰ ਅੰਨੇ ਲੱਗਣ ਡੇ। ਮੈਂ ਕਿਹਾ ਸਰ ਜੀ ਆਹ ਸਪੈਸ਼ਲਿਸਟ ਪੁੱਛ ਰਹੇ, ਤੇ ਮੈਂ ਅੱਜ ਕਰਕੇ ਹਸਪਤਾਲ ਦੇ ਵਿੱਚ ਬਣਿਆ। ਇੱਕ ਪਾਸੇ ਲਿਖਿਆ ਸੀ ਪੈਸੇ ਦੇ ਕੇ ਇਲਾਜ ਕਰਾਏ, ਇੱਕ ਪਾਸੇ ਲਿਖਿਆ ਸੀ ਫ੍ਰੀ ਇਲਾਜ ਕਰਾਏ। ਮੈਂ ਫ੍ਰੀ ਵਾਲੇ ਪਾਸੇ ਵੜਿਆ, ਡਾਕਟਰ ਨੇ ਪਰਚੀ ਬਣਾ ਕੇ ਦਿੱਤੀ। ਮੈਂ ਕਿਹਾ ਜਾਣਾ ਕਿੱਧਰ? ਕਹਿੰਦਾ ਬੂਹਾ ਖੋਲ ਕੇ ਸਿੱਧਾ ਹੀ ਹੋ ਜਾ। ਮੈਂ ਵਾਪਸ ਆਇਆ, ਮੈਂ ਕਿਹਾ ਡਾਕਟਰ ਸਾਹਿਬ ਅੰਦਰ ਤੇ ਗਰਾਊਂਡ ਸ਼ੁਰੂ ਹੋ ਗਈ। ਕਹਿੰਦਾ ਤੁਰੇ ਫਿਰੇਗਾ ਠੀਕ ਹੋ ਜਾਏਗਾ। ਮੈਂ ਕਿਹਾ ਇਸ ਦਾ ਮਤਲਬ ਹੈ ਕਿ ਸੈਸ ਬੋਲੇ। ਮੈਂ ਕਿਹਾ ਪੁਰਾਣੇ ਦਾ ਛਾਨ ਬੁਰੇ ਲੈ ਲੈਂਦੀਆਂ, ਜੁੱਤੀਆਂ ਤੋਂ ਚਾਬੀ ਵਾਲੇ ਟੀਕੇ ਲਵਾ ਲਓ। ਆ ਜਾ ਸਾਡਾ ਧਿਆਨ, ਇੱਥੇ ਲੁਕ ਜਾ। ਮੈਂ ਡਾਕਟਰ ਸ਼ੂਗਰ ਸੀ, ਇੱਕ ਟੀਕਾ ਲਾਇਆ, ਨਾ ਸ਼ੂਗਰ ਰਹੀਏ ਨਾ ਸਦੀਕ ਕਰਿਆਨਿਆਂ ਦਾ ਰਿਹਾ। ਉਹ ਟੀਕਾ ਲਵਾ ਲਓ, ਮਿੱਠਾ ਪਾ ਗਏ। ਮੈਂ ਤਾਂ ਮਾਮੂਲੀ ਡਾਕਟਰ ਨਹੀਂ, ਇਹ ਸ਼ੇਖਾਂ ਦੀ ਕੁਕੜੀ, ਆਂਡੇ ਨਹੀਂ ਸੀ ਦਿੰਦੀ, ਇੱਕ ਟੀਕਾ ਲਾਇਆ ਡਰੈਕਟ ਚੂਚੇ ਦਿੰਦੀ ਏ।